ਹੈ ਔਰ ਬਹੁਤ ਖੂਬਸੂਰਤ ਬਣ ਜਾਏਗਾ ਤੇ ਚੰਗੇ ਵਿਦਿਆਰਥੀ ਪੈਦਾ ਹੋਣਗੇ। ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ। ਮੈਂ ਰਿਕੁਐਸਟ ਕਰਾਂਗਾ ਇਸ ਤੋਂ ਅੱਗੇ ਕਿ ਅਸੀਂ ਡਾਕਟਰ ਗੁਰਪ੍ਰੀਤ ਕੌਰ ਜੀ ਨੂੰ ਸੁਣਨ ਜਾ ਰਹੇ ਹਾਂ। ਉਹ ਆਪਣੇ ਆਪ ਨੂੰ ਅਨਮਿਊਟ ਕਰ ਲੈਣ ਤੇ ਉਹਨਾਂ ਦਾ ਜਿਹੜਾ ਵਿਸ਼ਾ ਹੈਗਾ ਆ ਕਾਮਯਾਬ ਜ਼ਿੰਦਗੀ ਜੂਣ ਦੇ ਤਰੀਕੇ ਜਾਂ ਕਾਮਯਾਬ ਜ਼ਿੰਦਗੀ ਦੇ ਉੱਤੇ ਉਹਨਾਂ ਨੇ ਬੋਲਣਾ ਹੈਗਾ ਆ ਡਾਕਟਰ ਗੁਰਪ੍ਰੀਤ ਕੌਰ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਇਸ ਪਲੇਟਫਾਰਮ ਤੋਂ ਮੈਨੂੰ ਸਾਰਿਆਂ ਨਾਲ ਮਿਲਣਾ, ਡਿਸਕਸ਼ਨਸ ਕਰਨਾ, ਸੁਣਨਾ ਤੇ ਆਪਣੀ ਰਾਏ ਰੱਖਣਾ ਬਹੁਤ ਵਧੀਆ ਲੱਗ ਰਿਹਾ ਹੈ ਤੇ ਮੈਂ ਧੰਨਵਾਦੀ ਹਾਂ ਇਸ ਐਸੋਸੀਏਸ਼ਨ ਦੀ, ਪੰਜਾਬ ਜਗਤ ਪੰਜਾਬ ਪੰਜਾਬੀ ਸਭਾ ਦੀ। ਇਹਨਾਂ ਦੇ ਜਿਹੜੇ ਆਰਗੇਨਾਈਜ਼ਰਸ ਹੈਗੇ ਆ, ਚੱਠਾ ਸਰ, ਸੰਧੂ ਸਰ, ਥਿਆਰਾ ਸਰ ਤੇ ਹੋਰ ਮੈਂਬਰਸ ਵੀ, ਇਹਨਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਇੱਥੇ ਆ ਕੇ ਆਪਣੇ ਜਿਹੜੇ ਵਿਊਜ਼ ਹੈ ਇਸ ਸਬਜੈਕਟ ਤੇ ਸਾਰਿਆਂ ਦੇ ਸਾਹਮਣੇ ਰੱਖਾਂ। ਤੇ ਮੈਂ ਜੋ ਮੈਨੂੰ ਜਿਹੜਾ ਵਿਸ਼ਾ ਦਿੱਤਾ ਗਿਆ ਸੀਗਾ ਉਹ ਸੀਗਾ ਕਲਾਸਰੂਮ ਦੇ ਵਿੱਚ ਮਾਹੌਲ ਤੇ ਉਹਦੇ ਬਾਰੇ ਟੀਚਰ ਦਾ ਕੀ ਰੋਲ ਹੈਗਾ। ਤੇ ਇਹ ਗੱਲਾਂ ਜਿਹੜੀਆਂ ਹੈਗੀਆਂ ਕਾਫੀ ਜੋ ਹੈ ਮੈਡਮ ਕਰ ਚੁੱਕੇ ਹੈ ਤੇ ਮੈਂ ਅੱਗੇ ਗੱਲ ਕਰਨਾ ਚਾਹਾਂਗੀ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਚੰਗੀ ਤਰ੍ਹਾਂ ਰਹਿਣ ਵਾਸਤੇ ਤੇ ਕੀ 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 ਚੀਜ਼ਾਂ ਦਾ ਧਿਆਨ ਰੱਖ ਸਕਦੇ ਹਾਂ। ਤੇ ਸਭ ਤੋਂ ਪਹਿਲੇ ਤਾਂ ਮੈਨੂੰ ਲੱਗਦਾ ਹੈ ਕਿ ਅਗਰ ਅਸੀਂ ਅੱਛੀ ਤਰ੍ਹਾਂ ਇੱਕ ਜ਼ਿੰਦਗੀ ਜੀਣਾ ਚਾਹੁੰਦੇ ਹਾਂ ਤੇ ਸਾਨੂੰ ਆਪਣੇ ਅੰਦਰ ਇੰਟਰੋਸਪੈਕਸ਼ਨ ਕਰਨੀ ਬਹੁਤ ਜ਼ਰੂਰੀ ਹੈਗੀ ਹੈ। ਇੰਟਰੋਸਪੈਕਸ਼ਨ ਨਾਲ ਅਸੀਂ ਜਦੋਂ ਆਪਣੇ ਆਪ ਨੂੰ ਟਾਈਮ ਦਵਾਂਗੇ ਤੇ ਅਸੀਂ ਆਪਣੀਆਂ ਜਿਹੜੀਆਂ ਅੱਛਾਈਆਂ ਤੇ ਆਪਣੀਆਂ ਬੁਰਾਈਆਂ ਦੇ ਬਾਰੇ ਅਸੀਂ ਸੋਚ ਸਕਾਂਗੇ, ਜਿਹੜੀ ਕਿ ਸਾਨੂੰ ਆਪਣਾ ਜਿਹੜਾ ਸਾਰਾ ਦਿਨ ਹੈ ਉਹ ਅੱਛੀ ਤਰ੍ਹਾਂ ਨਾਲ ਕੱਢਣ ਵਾਸਤੇ ਕੰਮ ਆਏਗੀ। ਤੇ ਉਹਦੇ ਨਾਲ ਕੀ ਹੈ ਕਿ ਅਸੀਂ ਜਦੋਂ ਵੀ ਕਿਸੇ ਨਾਲ ਮਿਲਾਂਗੇ, ਉਹਨਾਂ ਦੀ ਗੱਲਾਂ ਸੁਣਾਂਗੇ, ਉਹਨਾਂ ਨਾਲ ਬਿਹੇਵ ਕਰਾਂਗੇ, ਉਹਦੇ ਵਿੱਚ ਸਾਨੂੰ ਬਹੁਤ ਜੋ ਹੈ ਹੈਲਪ ਰਹੇਗੀ। ਤੇ ਜਦੋਂ ਸੌਣ ਲੱਗੇ ਹਾਂ ਰਾਤ ਨੂੰ, ਅਗਰ ਅਸੀਂ ਸਾਰੇ ਦਿਨ ਦਾ ਵਿਚਾਰ ਕਰੀਏ ਕਿ ਅਸੀਂ ਕੀ ਕੀ ਕੀਤਾ ਸੀ, ਕਿੱਦਾਂ ਸਾਡੀ ਸਾਰਿਆਂ ਨਾਲ ਬਿਹੇਵੀਅਰ ਸੀਗਾ, ਕਿੱਦਾਂ ਸਾਡੀ ਡੀਲਿੰਗ ਸੀਗੀ, ਕਿੱਦਾਂ ਸਾਨੂੰ ਕੌਣ ਕੌਣ ਮਿਲਿਆ, ਤੇ ਜਦੋਂ ਉਹ ਚੀਜ਼ਾਂ ਦੇ ਵਿੱਚੋਂ ਆਪਣੀ ਜਿਹੜੀ ਕੁਆਲਿਟੀਜ਼ ਹੈ ਜਾਂ ਅਗਲੇ ਦੀ ਕੁਆਲਿਟੀਜ਼ ਹੈ ਉਹਨਾਂ ਨੂੰ ਅਸੀਂ ਜਦੋਂ ਜਦੋਂ ਸੋਚ ਵਿਚਾਰ ਕਰਦੇ ਹਾਂ ਤੇ ਅਗਲੇ ਦੀਆਂ ਜਿਹੜੀਆਂ ਕਮੀਆਂ ਹੈ ਜਾਂ ਆਪਣੇ ਵਿੱਚ ਕਮੀਆਂ ਹੈ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਵਿਚਾਰਦੇ ਹੋਏ ਅਗਲਾ ਦਿਨ ਸ਼ੁਰੂ ਕਰਾਂਗੇ ਤੇ ਮੈਨੂੰ ਲੱਗਦਾ ਉਹਦੇ ਵਿੱਚ ਸਾਨੂੰ ਅੱਛਾ ਜਿਹੜਾ ਲੱਗੇਗਾ। ਤੇ ਦੂਸਰੀ ਚੀਜ਼ ਹੈਗੀ ਹੈ ਕਿ ਇੱਕ ਸਕਸੈਸਫੁਲ ਔਰ ਅੱਛੀ ਜ਼ਿੰਦਗੀ ਜੀਣ ਵਾਸਤੇ ਸਾਨੂੰ ਬੈਲੈਂਸ ਬਣਾਉਣ ਦੀ ਬਹੁਤ ਜ਼ਰੂਰਤ ਹੈਗੀ ਹੈ। ਬੈਲੈਂਸ ਚਾਹੀਦਾ ਹੈ ਸਾਡੀ ਆਪਣੀ ਪਰਸਨਲ ਲਾਈਫ ਦੇ ਵਿੱਚ, ਸਾਡੀ ਫੈਮਿਲੀ ਲਾਈਫ ਦੇ ਵਿੱਚ ਤੇ ਸਾਡੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ। ਇਹ ਤਿੰਨ ਤਰ੍ਹਾਂ ਦੀ ਜ਼ਿੰਦਗੀਆਂ ਅਸੀਂ ਜੀ ਰਹੇ ਹੁੰਦੇ ਹਾਂ ਤੇ ਪਰਸਨਲੀ ਅਸੀਂ ਜਿਵੇਂ ਮੈਂ ਇੰਟਰੋਸਪੈਕਸ਼ਨ ਦੀ ਗੱਲ ਕੀਤੀ ਸੀ ਉਹ ਇੰਪੋਰਟੈਂਟ ਹੈ। ਉਸ ਤੋਂ ਬਾਅਦ ਆਪਣਾ ਜਿਹੜਾ ਹੈ ਮੈਂਟਲ ਜੋ ਹੈ ਹੈਲਥ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਕੁਝ ਚੀਜ਼ਾਂ ਨੂੰ ਆਜ਼ਮਾ ਸਕਦੇ ਹਾਂ। ਤੇ ਇਸ ਤੋਂ ਸਿਵਾ ਅਸੀਂ ਅਗਰ ਗੱਲ ਕਰੀਏ ਤਾਂ ਆਪਣਾ ਜੋ ਹੈ ਫੈਮਿਲੀ ਦੇ ਨਾਲ ਸਾਡਾ ਬਿਹੇਵੀਅਰ ਕਿੱਦਾਂ ਰਹਿੰਦਾ ਹੈ, ਅਸੀਂ ਆਪਣੇ ਇਮੋਸ਼ਨਲ ਜਿਹੜੇ ਹੈਗੇ ਆ ਉਹਨੂੰ ਇਮੋਸ਼ਨਸ ਨੂੰ ਕਿਵੇਂ ਬੈਲੈਂਸ ਕਰਕੇ ਡੀਲ ਕਰਦੇ ਹਾਂ। ਇਸ ਤੋਂ ਸਿਵਾ ਜਦੋਂ ਅਸੀਂ ਆਪਣੀ ਜੋ ਹੈ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਜਾਂਦੇ ਹਾਂ ਤੇ ਸਾਨੂੰ ਜੋ ਹੈ ਆਪਣੀ ਫੈਮਿਲੀ ਇਸ਼ੂਜ਼ ਔਰ ਜੋ ਵੀ ਅਸੀਂ ਸਾਡੀ ਡੀਲਿੰਗਸ ਹੈਗੀਆਂ ਉਹਨਾਂ ਨੂੰ ਸਾਨੂੰ ਘਰ ਰੱਖ ਕੇ ਤੇ ਅੱਗੇ ਕੰਮ ਵੱਲ ਵਧਣਾ ਚਾਹੀਦਾ ਹੈ। ਤੇ ਜਦੋਂ ਅਸੀਂ ਕਾਲਜ ਦੇ ਵਿੱਚ ਜਾਂ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਹੁੰਦੇ ਹਾਂ ਸਾਡਾ ਬਿਹੇਵੀਅਰ, ਸਾਡੀ ਜਿਹੜੀ ਅਪਬ੍ਰਿੰਗਿੰਗਸ ਹੈ, ਸਾਡਾ ਹਰ ਇੱਕ ਚੀਜ਼ ਜਿਹੜਾ ਹੈ ਉਹ ਮੈਟਰ ਕਰਦਾ ਹੈ। ਤੇ ਇਹਦੇ ਨਾਲ ਹੀ ਜਦੋਂ ਅਸੀਂ ਵਧੀਆ ਤਰੀਕੇ ਨਾਲ ਕੰਮ ਕਰਦੇ ਹਾਂ, ਕਮਿਊਨੀਕੇਟ ਕਰਦੇ ਹਾਂ ਸਾਰੇ ਨਾਲ ਤੇ ਅੱਛਾ ਜੋ ਹੈ ਅੱਛੀ ਸੋਚ ਰੱਖਦੇ ਹਾਂ
ਔਰ ਕੌਨਫੀਡੈਂਸ ਨਾਲ, ਕਮਿਟਮੈਂਟ ਨਾਲ ਜਦੋਂ ਕੰਮ ਕਰਦੇ ਹਾਂ ਤੇ ਸਾਨੂੰ ਫਿਰ ਉਹ ਸੈਟੀਸਫੈਕਸ਼ਨ ਰਹਿੰਦੀ ਹੈ। ਤੇ ਜਦੋਂ ਅਸੀਂ ਘਰ ਪਹੁੰਚਦੇ ਹਾਂ ਸ਼ਾਮ ਨੂੰ, ਅਗੇਨ ਸਾਨੂੰ ਇਹ ਧਿਆਨ ਰੱਖਣਾ ਹੈ ਕਿ ਹੁਣ ਸਾਡੀ ਪ੍ਰੋਫੈਸ਼ਨਲ ਲਾਈਫ ਜੋ ਹੈ ਉਹ 5 ਵਜੇ ਖਤਮ ਹੋ ਗਈ ਹੈ, ਹੁਣ ਸਾਨੂੰ ਫੈਮਿਲੀ ਨੂੰ ਟਾਈਮ ਦੇਣਾ ਹੈਗਾ। ਤੇ ਫੈਮਿਲੀ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਹੈ, ਬੱਚੇ ਹੈ, ਬੱਚਿਆਂ ਨੂੰ ਟਾਈਮ ਬਹੁਤ ਜ਼ਰੂਰੀ ਹੈਗਾ ਦੇਣਾ, ਕਿਉਂਕਿ ਬੱਚੇ ਵੱਡੇ ਹੋ ਰਹੇ ਹੈ, ਉਹਨਾਂ ਦੇ ਵਿੱਚ ਜਿਵੇਂ ਮੋਰਲ ਵੈਲਿਊਜ਼ ਦੀ ਆਪਾਂ ਇੱਥੇ ਗੱਲ ਕੀਤੀ ਹੈ ਕਿ ਪੇਰੈਂਟਸ ਦਾ ਬਹੁਤ ਇੰਪੋਰਟੈਂਟ ਰੋਲ ਹੈਗਾ, ਤੇ ਪੇਰੈਂਟਸ ਬੱਚਿਆਂ ਨਾਲ ਬੈਠਣਗੇ, ਡਿਸਕਸ਼ਨਸ ਕਰਨਗੇ, ਕਮਿਊਨੀਕੇਸ਼ਨ ਹੋਏਗੀ, ਤੇ ਉਹਦੇ ਨਾਲ ਜਿਹੜੀਆਂ ਸਾਨੂੰ ਅੱਛੀਆਂ ਚੀਜ਼ਾਂ ਜਿਹੜੀਆਂ ਹੈ, ਜਾਂ ਬੱਚਿਆਂ ਦੇ ਵਿੱਚ ਕਿਵੇਂ ਚੇਂਜ ਆ ਰਿਹਾ, ਬਿਹੇਵੀਅਰ ਕਿਵੇਂ ਚੇਂਜ ਹੋ ਰਿਹਾ, ਨੇਚਰ ਕਿਵੇਂ ਚੇਂਜ ਹੋ ਰਿਹਾ, ਜਾਂ ਉਹਨਾਂ ਦਾ ਜਿਹੜਾ ਸਰਕਲ ਹੈ ਉਹ ਕਿੱਦਾਂ ਦਾ ਹੋ ਰਿਹਾ, ਉਹ ਚੀਜ਼ ਅਸੀਂ ਬੱਚਿਆਂ ਦੇ ਨਾਲ ਜਦੋਂ ਗੱਲਬਾਤ ਕਰਦੇ ਹਾਂ, ਮੇਰੇ ਖਿਆਲ ਨਾਲ ਉਹਦੇ ਨਾਲ ਹੀ ਸਾਨੂੰ ਇਸ ਚੀਜ਼ ਦਾ ਪਤਾ ਲੱਗ ਸਕਦਾ ਹੈਗਾ। ਤੇ ਸਕਸੈਸਫੁਲ ਲਾਈਫ ਜਿਹੜੀ ਜੀਣ ਵਾਸਤੇ ਮੈਨੂੰ ਲੱਗਦਾ ਹੈ ਕਿ ਇਸ ਤੋਂ ਸਿਵਾ ਅਸੀਂ ਜਿਹੜਾ ਹੈ ਆਪਣਾ ਜੋ ਹੈ ਵੀ ਧਿਆਨ ਰੱਖਣਾ ਹੈ, ਆਪਣੀ ਫੈਮਿਲੀ ਤੋਂ ਸਿਵਾ ਕਿ ਸਾਡੀਆਂ ਆਪਣੀਆਂ ਕੀ ਜ਼ਰੂਰਤਾਂ ਹੈ, ਆਪਣੇ ਜਿਵੇਂ ਅਸੀਂ ਹੁਣ ਜੋ ਹੈ ਆਪਣੀ ਪ੍ਰੋਫੈਸ਼ਨਲ ਲਾਈਫ ਜੀ ਰਹੇ ਹਾਂ, ਪਰਸਨਲ ਲਾਈਫ ਜੀ ਰਹੇ ਹਾਂ। ਪਰਸਨਲ ਲਾਈਫ ਦੇ ਵਿੱਚ ਕੀ ਹੈ, ਜਿਵੇਂ ਅਸੀਂ ਆ ਵੈਬਿਨਾਰਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹਾਂ, ਆਪਣੀ ਨੌਲੇਜ ਨੂੰ ਵਧਾ ਰਹੇ ਹਾਂ, ਆਪਣਾ ਕੌਨਫੀਡੈਂਸ ਵਧਾ ਰਹੇ ਹਾਂ, ਆਪਣਾ ਸਰਕਲ ਵਧਾ ਰਹੇ ਹਾਂ, ਬਹੁਤ ਲੋਕਾਂ ਨਾਲ ਅਸੀਂ ਮਿਲਦੇ ਹਾਂ, ਤੇ ਇਹਦੇ ਨਾਲ ਜੋ ਹੈ ਸਾਡੀ ਆਪਣੀ ਇੱਕ ਤਰ੍ਹਾਂ ਦੀ ਜਿਹੜੀ ਹੈ ਗਰੋਥ ਜੋ ਹੈ ਉਹ ਹੁੰਦੀ ਰਹਿੰਦੀ ਹੈ। ਤੇ ਇਹ ਟਾਈਮ ਨਾਲ ਹੀ ਚੀਜ਼ਾਂ ਸਾਡੀ ਜਿਹੜੀ ਹੈ ਜ਼ਿੰਦਗੀ ਦੇ ਵਿੱਚ ਆਉਂਦੀਆਂ ਹੈ। ਇੱਕ ਟਾਈਮ ਤੇ ਫੈਮਿਲੀ ਦੀ ਜ਼ਰੂਰਤ ਹੈ, ਇੱਕ ਟਾਈਮ ਤੇ ਨਾਲ ਨਾਲ ਅਸੀਂ ਜੌਬ ਕਰਦੇ ਹਾਂ, ਸਾਡੀ ਪ੍ਰੋਫੈਸ਼ਨਲ ਜਿਹੜੀ ਹੈਗੀਆਂ ਜ਼ਰੂਰਤਾਂ ਹੈਗੀਆਂ। ਉਸ ਤੋਂ ਸਿਵਾ ਜਦੋਂ ਬੱਚੇ ਥੋੜੇ ਵੱਡੇ ਹੋ ਜਾਂਦੇ ਹੈ, ਆਪਣਾ ਆਪਣੇ ਕਰੀਅਰ ਦੇ ਵਿੱਚ ਜਾਣਾ, ਤੁਹਾਨੂੰ ਸਾਨੂੰ ਥੋੜਾ ਟਾਈਮ ਮਿਲਦਾ ਹੈ, ਤੇ ਅਸੀਂ ਜਿਹੜੇ ਪਰਸਨਲ ਜਿਹੜੇ ਆਪਣੇ ਇੰਟਰਸਟ ਹੈ ਉਹਦੇ ਨਾਲ ਵੀ ਅਸੀਂ ਜੁੜਨਾ ਸ਼ੁਰੂ ਕਰ ਦਿੰਦੇ ਹਾਂ। ਇਸ ਤੋਂ ਸਿਵਾ ਇੱਕ ਹੋਰ ਜੋ ਐਸਪੈਕਟ ਹੈ ਸਕਸੈਸਫੁਲ ਜ਼ਿੰਦਗੀ ਜੀਣ ਦਾ ਹੈ, ਉਹ ਹੈ ਕਿ ਅਸੀਂ ਆਪਣੀ ਹੈਲਥ ਦਾ ਵੀ ਧਿਆਨ ਰੱਖਣਾ ਹੈਗਾ। ਹੈਲਥ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਉਨਾ ਹੀ ਸਾਰਾ ਕੁਝ ਕਰਨਾ ਹੈ ਜਿੰਨਾ ਸਾਡੇ ਕੋਲੋਂ ਹੁੰਦਾ ਹੈ। ਤੋ ਇਸ ਤੋਂ ਸਿਵਾ ਜੋ ਹੈ ਉਹ ਅਸੀਂ ਆਪਣਾ ਜੋ ਹੈ ਸਪੋਜ਼ ਜੋ ਅਸੀਂ ਵੱਧ ਕਰ ਸਕਦੇ ਹਾਂ, ਅਸੀਂ ਕਿਸੇ ਦੀ ਹੈਲਪ ਕਰ ਸਕਦੇ ਹਾਂ, ਤੇ ਉਹਦੇ ਨਾਲ ਵੀ ਸਾਨੂੰ ਸੈਟੀਸਫੈਕਸ਼ਨ ਹੁੰਦੀ ਹੈ। ਆਪਣੇ ਫ੍ਰੀ ਟਾਈਮ ਦੇ ਵਿੱਚ ਕਿਸੇ ਨਾਲ ਬੈਠਣਾ, ਵੱਡਿਆਂ ਨਾਲ ਖਾਸ ਕਰਕੇ ਬੈਠਣਾ, ਉਹਨਾਂ ਦੀ ਗੱਲਬਾਤ ਸੁਣਨਾ, ਤੇ ਉਹ ਚੀਜ਼ਾਂ ਜਿਹੜੀਆਂ ਸਾਨੂੰ ਖੁਸ਼ੀ ਦਿੰਦੀਆਂ ਇੱਕ ਤਰ੍ਹਾਂ ਦੀਆਂ, ਤੇ ਅਸੀਂ ਇੱਕ ਸਕਸੈਸਫੁਲ ਜ਼ਿੰਦਗੀ ਨੂੰ ਜੀ ਸਕਦੇ ਹਾਂ। ਤੇ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਸਾਰਿਆਂ ਨੂੰ ਧੰਨਵਾਦ ਕਹਾਂਗੀ। ਥੈਂਕ ਯੂ ਸਰ।